ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਮਨਜੋਤ ਸਿੰਘ ਦਾਈਆ ਕਾਂਗਰਸੀ ਆਗੂ ਹਲਕਾ ਨਕੋਦਰ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਚੰਦ ਸਿੰਘ ਰਾਜੂਆ ਸਾਬਕਾ ਚੇਅਰਮੈਨ ਉਸਤਾਦ ਜੀ ਕੋਈ ਸੰਤਾਨਾ ਫਤਿਹ ਸਾਂਝੀ ਕਰੋ ਤੇ ਉਹਨਾਂ ਦੇ ਨਾਲ ਹੀ ਗੁਰਦੀਪ ਸਿੰਘ ਥੰਮਣਵਾਲ ਦੁਆਬਾ ਜੋਨ ਚੇਅਰਮੈਨ ਪਹਿਲਵਾਨ ਦੀ ਮਾਪੇ ਮੰਡੀ ਸ਼ਾਹਪੁਰ ਨੇ ਸ਼ਿਰਕਤ ਕੀਤੀ। ਮੈਂ ਵੀ ਦੱਸੋ ਤਾਲੀ ਮਾਰੋ ਉਸਤਾਦ ਜੀ ਪਾਣੀ ਖਾਲੇ ਦੇ ਵਿਚਾਰ ਕਰੋ ਉਹਨਾਂ ਦਾਨੀ ਸੱਜਣ ਨੂੰ ਵਿਸ਼ੇਸ਼ ਤੌਰ ਤੇ ਸਨ ਬਹੁਤ ਬਹੁਤ ਧੰਨਵਾਦ ਜੀ ਮਹਿਤਪੁਰ ਤੋਂ ਸਿੰਦਰ ਸ਼ਾਬੜਾ ਜੀ ਸ਼ੀਤ ਪਹਿਲਵਾਨ ਮਹਿੜੂ ਵਾਲਾ ਬਹੁਤ ਵਧੀਆ ਜਿਹੜੀ ਚੋਟੀ ਚੱਲਦੀ ਹੋਈ ਜੀ ਮਹਿਤਪੁਰ ਦੇ ਸੋਨੂ ਨੂਰ ਮੈਂ ਵੀ ਖਾਲੇ ਚੋਂ ਨਾਲ ਹੀ ਇਹ ਵੀ ਜਿਹੜੀ ਅਗਲੀ ਪੋਸਟਿੰਗ ਕਰਾਈ ਜਾ ਰਹੀ ਆ ਜੀ ਸਨਮਾਨ ਆਪਣਾ ਹਾਂਜੀ ਕਿੱਦਾਂ ਹੋਈ ਜੀ ਦੋਸਤੀ ਬੋਲਿਆ ਗਿਆ ਬਹੁਤ ਵਧੀਆ ਸੁਖਬੀਰ ਜਿੱਤ ਗਿਆ ਜੀ ਕੁਸ਼ਤੀ ਆਹ ਪਰਚੀ ਦੇ ਦਿਓ ਜੀ ਲਖਵਿੰਦਰ ਪਟੋਲੀ ਦੇ ਚੰਨ ਸ਼ਾਹਪੁਰ ਇੱਕ ਵਾਰ ਕਾਰਨ ਤਿਆਰ ਹੁੰਦਾ ਸਾਹਮਣੇ ਆਓਗੇ ਜਸਵਿੰਦਰ ਕੁਲਦੀਪ ਗਰਾਇਆ ਤੇ ਸੇਖੀ ਮਲ ਸਿੰਘਾ ਪਲਵਾ ਜੀ ਖਾਰੇ ਚਾਹੋ ਜੀ ਲਾਡੀ ਮੱਲਿਕਾ ਤੇ ਸਨੀ ਕਰਤਾਰਪੁਰ ਡਾਕਟਰ ਸਤਨਾਮ ਸਿੰਘ ਜੀ ਹਾਂਜੀ ਗਰਾਊਂਡ ਵਿੱਚ ਠੰਡਾ ਦੀ ਸੇਵਾ ਪਹੁੰਚਾਓ ਪਾਣੀ ਪਹੁੰਚਾਓ ਜੀ ਗਰਾਊਂਡ ਵਿੱਚ ਇਹ ਨਾਲ ਹੀ ਹੁਣ ਬੇਨਤੀ ਕੀਤੀ ਜਾਂਦੀ ਹੈ ਵਲੈਂਗੇ ਵੀਰਾਂ ਨੂੰ ਬਾਬਾ ਬਲਵੀਰ ਸਿੰਘ ਸਰਪੰਚ ਹਰਜੀਤ ਕੌਰ ਜੀ ਵਾਹਿਗੁਰੂ ਮਨਕੀਤ ਸਿੰਘ ਜੀ ਪਿੰਡ ਨੱਤ ਸਿੰਝ ਮੇਲਾ ਬੜੀ ਧੂਮਧਾਮ ਨਾਲ ਕਰਾਇਆ ਜਾ ਰਿਹਾ ਆ ਇੱਥੇ ਕਲਾਕਾਰ ਦੀ ਸੇਵਾ ਸਰਪੰਚ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਸਾਰੇ ਨਗਰ ਨਿਵਾਸੀ ਸੂਬ ਗ੍ਰਾਮ ਪੰਚਾਇਤ ਧੰਨਵਾਦ ਕਰਦੇ ਹਾਂ ਸਾਡਾ ਸਾਰਾ ਪਿੰਡ ਸਹਿਯੋਗ ਦਿੰਦਾ ਆ ਇਸ ਕਰਕੇ ਅਸੀਂ ਸਾਰੇ ਨਾਲ ਸਾਥ ਦੇਣ ਲਈ ਤਿਆਰ ਹਾਂ ਧੰਨਵਾਦ ਬਹੁਤ ਬਹੁਤ ਸਾਡਾ ਸਾਥ ਦੇ ਰਹੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਨੱਤਾਂ ਵੱਲੋਂ ਸਾਡੇ ਵੀਰ ਸਾਰੇ ਐਨਆਰਵੀ ਸਾਡਾ ਬਹੁਤ ਸਹਿਯੋਗ ਦਿੰਦੇ ਆ ਅਸੀਂ ਮਿਹਰਬਾਨੀ ਕਰਦੇ ਹਾਂ ਕਿਉਂਕਿ ਅਗਲੇ ਸਾਲ ਵੀ ਅਸੀਂ ਵੱਧ ਤੋਂ ਵੱਧ ਮੇਲਾ ਛਜ ਮੇਲਾ ਭਾਰੀ ਤੋਂ ਭਾਰੀ ਕਰਾਵਾਂਗੇ ਧੰਨਵਾਦ ਜੀ ਆਪਣੇ ਨਾਮ ਕੀ ਹੈ ਜੀ ਮਲਕੀਤ ਸਿੰਘ ਜੀ ਸਰਦਾਰ ਮਲਕੀਤ ਸਿੰਘ ਜੀ ਸਰਪੰਚ ਵਾਈਫ ਸੁਜੀਤ ਕੌਰ ਇਹ ਕਾਜ ਰਾਜੋ ਕੋ ਅੱਜ ਆਪਣਾ ਦੇਵ ਸਿੰਘ ਜੀ ਉਹ ਆਪਣਾ ਸਨਮਾਨ ਜਿਹੜਾ ਜ਼ਰੂਰ ਪ੍ਰਾਪਤ ਕਰ ਲੈਣ ਆ ਬਿੱਟੂ ਰਾਮੇਵਾਲ ਤੇ ਸਾਬੀ ਭੋਜੇ ਸਭਰਾਵਾ ਖਾਲੇ ਚੌਂ ਜੀ ਕੁਲਦੀਪ ਮਹਿਮੀ ਜੀ ਸੋ ਉਹਨਾਂ ਦਾ ਜਿਹੜਾ ਸਨਮਾਨ ਲਓ ਜੀ ਕੁਲਦੀਪ ਮਹਿਮੀ ਜੀ ਦਾ ਆ ਬਿੱਟੂ ਰਾਮੇਵਾਲ ਤੇ ਸਾਬੀ ਭੋਜੇ ਆ ਸਾਬੀ ਆਪਣੇ ਕਪੂਰਲਾ ਮੋਠਾ ਰਿਆ ਸਾਧਕ ਸ਼ੰਕਰ ਤੇ ਮਿੱਟੀ ਸ਼ਰਮਾ ਬੇ ਸਾਧਕ ਸਾਡੇ ਸਤਿਕਾਰਯੋਗ ਸ਼ਖਸੀਅਤਾਂ ਦੇ ਜਿਨ੍ਹਾਂ ਨੇ ਅੱਜ ਇਸ ਛਿੰਝ ਮੇਲੇ ਲਈ ਆਪਣੀ ਕਿਰਤ ਕਮਾਈ ਵਿੱਚੋਂ ਬਹੁਤ ਵੱਡਾ ਯੋਗਦਾਨ ਪਾਇਆ ਸੈਦਪੁਰ ਦਵਿੰਦਰ ਮਹਿਤਪੁਰ ਸਾਹਮਣੇ ਕੁਸ਼ਤੀ ਹੋਣ ਜਾ ਰਹੀ ਹੈ ਸਾਧਕ ਪਹਿਲਵਾਨ ਤੇ ਵਿੱਟੀ ਪਹਿਲਵਾਨ ਸਾਧਕ ਹੱਥਕੜਾ ਵੀ ਸ਼ੰਕਰ ਵਾਲਾ ਦੇ ਵਿੱਟੀ ਪਹਿਲਵਾਨ ਜਸਵੰਤ ਸਿੰਘ ਨੱਤ ਜੀ ਆਣ ਜਸਵੰਤ ਸਿੰਘ ਜੀ ਨੱਤ ਜੀ ਉਹ ਆਪਣਾ ਸਨਮਾਨ ਜਿਹੜਾ ਜ਼ਰੂਰ ਪ੍ਰਾਪਤ ਕਰ ਲੈਣਗੇ ਪੋਲਾ ਭਲਵਾਨ ਜੀ ਆਏਣਗੇ ਪੋਲਾ ਭਲਵਾਨ ਜੀ ਉਹ ਸਨਮਾਨ ਪ੍ਰਾਪਤ ਕਰ ਲੈਣ ਨੇਕਾ ਪਿੰਦਰ ਅਜੈਬ ਸਿੰਘ ਜੀ ਜੇਕਰ ਮੇਰੀ ਬਾਤ ਸੁਣਦੇ ਹੋਣ ਕਿ ਉਹ ਸਟੇਜ ਤੇ ਜ਼ਰੂਰ ਆ ਜਾਣ ਜੀ ਪਿੰਦਰ ਅਜੈਬ ਸਿੰਘ ਤੇ ਨਾਲ ਉਹਨਾਂ ਦੇ ਸੰਸਾਰ ਸਿੰਘ ਜੀ ਉਹ ਆਪਣਾ ਜਿਹੜਾ ਵਿਸ਼ੇਸ਼ ਸਨਮਾਨ ਉਹ ਜਿਹੜਾ ਪ੍ਰਾਪਤ ਕਰ ਲੈਣਾ ਹੈ ਭਲਵਾਨ ਜੀ ਆਓ ਖਾਰੇ ਚ ਜੱਸਾ ਪਟੋਰੀ ਤੇ ਟੋਨੀ ਮੰਡਿਆ ਜੁਗਿਆਲਾ
ਭਾਈ ਇੱਕ ਮਿੰਟ ਜੱਸਾ ਪੰਡੋਲੀ ਦੇ ਦੋਨੀ ਜੰਡਿਆਲਾ ਖੜੇ ਜਾਓ ਅਜੇ ਬਿਲਕਾ ਤੇ ਸਨੀ ਨੂਰ ਮੈਗ ਅਜੇ ਬਿਲਕਾ ਤੇ ਸਨੀ ਨੂਰ ਹਾਂਜੀ ਸਨਰਾਜ ਫਾਈਨੈਂਸ ਦਾ ਇਧਰ ਸਨਮਾਨ ਕੀਤਾ ਆਰਵੀ ਪ੍ਰਦਰਸ਼ਨ ਸੋਨੀ ਉੱਪਰ ਜਗੀਰ ਗੁਰਮੇਲ ਸਿੰਘ ਮੱਟਾ ਦੇ ਅਜੇ ਬਿਲਕਾ ਤੇ ਸਨੀ ਸਿੰਘ ਨਰੇਜਾ ਉਹ ਆਪਣਾ ਸਨਮਾਨ ਵੀਰੇ ਪ੍ਰਾਪਤ ਕਰ ਲੈਣ ਤੇਜੇ ਭਾਜੀ ਆਓ ਜੀ ਸਨਮਾਨ ਆਪਣਾ ਲੈ ਲਓ ਜੀ ਤੇਜੇ ਭਾਜੀ मखर सिंह जी लंबरदार जी और नीटू फगवाड़ा ते गौरव उच्चा पिंड आरसीएफ के दरमियान उपर खालसा दे शहीद भगत सिंह शिंज कमेटी उपर खालसा ने साडे बड़े सत्कारयोग वीर पुजे ने 28 तरीक उपर खालसा दे ओ शिंज दंगल दी होवेगी इंडियन स्टेट ते आ जाना यार आप पंजोरी जगीर दा आए कलकत्ता दे साडे भरा स्टेट ते हो जी विजय रामेवाल ते पंडा बारोवाल तो यार इधर बात कर तो लीवी डेडी हाथ खड़ा कर दे तू चाचा विरसे जो मिली मिली ते सुपरा का पुत्र आकारा दोस्त में ते पहलवान मेल दी धन्यवाद जी हाथ जोड़ी इस टाइम सारे सरपंचों के रहते हुए टैगलो विजेस्ट ला रखांगे जी मल्ली ए शानदार कुश्ती करवाई जाएगी हाँ जी इधर साढ़े इलेक्ट्रॉनिक मीडिया का बहुत बड़ा धन्यवाद जी एन लाइव से बाठ लाइव सुरेंद्र छावड़ा जी जगबाणी तो बहुत वड़ा जसवीर सिंह ते जरनैल सिंह जी वो अपना सन्मान प्राप्त कर लैन जसवीर सिंह ते जरनैल सिंह नछत्र सिंह ਕਹਿੰਦਾ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾ ਜੋ ਜਵਾਨੀ ਰੂਪ ਰੰਗ ਦੀਆਂ ਲੋਕੀ ਗੱਲ ਤਰੀਫਾ ਹੁੰਦੀ ਖੇੜੇ ਕੁਸ਼ਤੀ ਦੀ ਗੱਲ ਉੜਦੀ ਤੂੰ ਨੇ ਸਮਾਨੀ ਉਹ ਪੁੱਟੇ ਵਾਇਆ ਜੋਰ ਲੱਗਦਾ ਲੱਗਦਾ ਵਿੱਚ ਚੜੀ ਜਵਾਨੀ ਜਵਾਨੀ ਦੇ ਜੋਰ ਭਰਦਾ ਪਿਆ ਐਨ ਕਿਤੇ ਵੀ ਬਲੇ ਬਲੇ ਹੁੰਦੀ ਪਈ ਕੁਸ਼ਤੀ ਦੀ ਉਹਦੇ ਮਾਣ ਦੇ ਸਤਕਾਰ ਵੀ ਹੁੰਦੇ ਪਏ ਸਾਡੇ हरजीत कौर जी सो सरपंच साहब के परिवार वालों ये जरा तीसरा पटका स्पॉन्सर किया गया सो बहुत बहुत धन्यवाद श्रीमती हरजीत कौर सरदार मलकीत सिंह जी सरपंच साहब ते हुकम सिंह जी जिन्हों वालों ये दूसरा पटका स्पॉन्सर किया गया तीसरा पटका सन्मान किया जा रहा है संदीप सिंह जी ग्रीस प्रीत जोगन सिंह कनेडा ते गुरमनप्रीत सिंह जिन्हां वालों पहला पटका जिहड़ा स्पॉन्सर किया गया स्वर्ग श्री कृष्ण गोपाल जी चौथा पटका जो सामने चल रहा धन्यवाद करते हैं स्वर्गीय सरदार जरनैल सिंह के सारे परिवार का सो चौथा पटका सन्मान ਉਹ ਸ਼ਿੰਜ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਮਨੀਸ਼ ਆਤਕੜਾ ਕਰੀ ਮਨੀਸ਼ ਰੋੜਕਾ ਮਨੀ ਉਤੋਵਾਲ